ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰੂ ਕਬੀਰ ਸਾਹਿਬ ਜੀ ਆਪਾਂ ਨੂੰ ਦੱਸਦੇ ਆ ਆਪਣੀ ਪਾਵਨ ਪਵਿੱਤਰ ਬਾਣੀ ਦੇ ਰਾਹੀਂ। ਕਹਿੰਦੇ, ਕਬੀਰ ਸਾਕਤ ਤੇ ਸੂਕਰ ਭਲਾ, ਜੋ ਰਾਖੇ ਆਸ਼ਾ ਗਾਉਂ। ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲਹਿ ਨਾਉ। ਕਬੀਰ ਸਾਹਿਬ ਜੀ ਇਹ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੁੰਦੀ ਹੈ ਨਾ, ਆਪਾਂ ਕਹਿੰਦੇ ਨਾ ਤੁਰਕੀ ਬਾਣੀ ਆਈ, ਇਹ ਕੋਈ ਨਾ ਕੋਈ ਜੀਵਨ ਦੇ ਵਿੱਚ ਇੱਦਾਂ ਦਾ ਸਮਾਂ ਆਉਂਦਾ ਆ ਅਤੇ ਉਦੋਂ ਫਿਰ ਤੁਰੋਂ ਇਹ ਬਚਨ ਆਉਂਦੇ ਆ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਕਬੀਰ ਸਾਹਿਬ ਜੀ ਇੱਕ ਨਗਰ ਦੇ ਵਿੱਚ ਗਏ, ਉੱਥੇ ਬੜੀਆਂ ਮਠਿਆਈਆਂ ਵਰਤਾ ਹੋ ਰਹੀਆਂ, ਥਾਂ ਥਾਂ 'ਤੇ ਹਰੇਕ ਗਲੀ ਵਿੱਚ ਹਰੇਕ ਮੁਹੱਲੇ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਇਹ ਕਹਿੰਦੇ ਵੀ ਇਹ ਕੀ ਗੱਲ, ਵੀ ਐਡਾ ਵੱਡਾ ਪ੍ਰੋਗਰਾਮ ਕਿਹੜਾ ਆ ਪਿੰਡ ਦੇ ਵਿੱਚ, ਵੀ ਜਿਹੜੇ ਸਾਰੇ ਖੁਸ਼ੀਆਂ ਮਨਾ ਰਹੇ ਆ, ਕੋਈ ਦਿਨ ਸਦ ਕਿਹੜਾ ਆ? ਪੁੱਛਿਆ ਉੱਥੇ, ਕਹਿੰਦੇ ਵੀ ਬੜੀਆਂ ਖੁਸ਼ੀਆਂ ਮਨਾ ਰਹੇ ਹਾਂ, ਇਹ ਕਾਹਦੀਆਂ ਖੁਸ਼ੀਆਂ? ਅਤੇ ਸਤਿਗੁਰੂ ਕਬੀਰ ਸਾਹਿਬ ਜੀ ਨੂੰ ਪਿੰਡ ਦੇ ਕਹਿਣ ਲੱਗੇ ਲੋਕ, ਕਹਿੰਦੇ ਜੀ ਇਹ ਖੁਸ਼ੀਆਂ ਸਾਡੇ ਪਿੰਡ ਇੱਕ ਬੰਦਾ ਮਰ ਗਿਆ, ਉਸ ਬੰਦੇ ਦੇ ਮਰਨ 'ਤੇ ਖੁਸ਼ੀਆਂ ਮਨਾ ਰਹੇ। ਕਬੀਰ ਸਾਹਿਬ ਜੀ ਕਹਿੰਦੇ ਵੀ ਹੱਦ ਹੋ ਗਈ, ਇੱਕ ਬੰਦਾ ਮਰ ਗਿਆ ਅਤੇ ਉਹਦੇ ਮਰਨ 'ਤੇ ਖੁਸ਼ੀਆਂ? ਉਹ ਕਹਿੰਦੇ ਜੀ ਉਹ ਸਾਕਤ ਸੀ। ਸਾਕਤ ਦਾ ਮਤਲਬ ਜਿਹੜਾ ਚੁਗਲਖੋਰ ਹੋਵੇ, ਭੈੜੇ ਕੰਮ ਕਰਦਾ ਹੋਵੇ, ਵੱਡੇ ਤੋਂ ਵੱਡੇ ਪਾਪ ਕਰਨ ਵਾਲਾ, ਕੁਕਰਮ ਕਰਨ ਵਾਲਾ, ਕਿਸੇ ਦੀ ਘਰ ਦੇ ਵਿੱਚ ਬਣਨ ਨਾ ਦਿੱਤੀ ਹੋਵੇ, ਭਰਾਵਾਂ ਭੈਣਾਂ ਦੇ ਵਿੱਚ ਪਾਠਕ ਪਾਏ ਹੋਏ, ਜਿਹੜੇ ਘਰ ਵਿੱਚ ਜਾਣਾ ਸ਼ੁਰੂ ਕਰਤਾ ਉਸ ਘਰ ਦੀ ਵੀ ਸੁੱਖ ਸ਼ਾਂਤੀ ਖਤਮ ਕਰ ਦੇਵੇ, ਇੱਦਾਂ ਦੇ ਇਨਸਾਨ ਨੂੰ ਕਿਹਾ ਜਾਂਦਾ ਸਾਕਤ, ਵੱਜਰੋ ਕਿਰਤਾਂ ਕਰਨ ਵਾਲਾ। ਉਹ ਕਹਿੰਦੇ ਕਿ ਉਹ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਸੁਖੀ ਨਹੀਂ ਸੀ ਪਰਿਵਾਰ ਜਿੰਨਾ ਚਿਰ ਉਹ ਜੀਂਦਾ ਸੀ। ਸਾਰੇ ਕਹਿੰਦੇ ਜਦੋਂ ਮਰੂਗਾ ਉਦੋਂ ਆਪਣਾ ਪਿੰਡ ਸੁਖੀ ਵਸੂ, ਉਦੋਂ ਪਰਿਵਾਰ ਸੁਖੀ ਵਸਣਗੇ। ਹੁਣ ਉਹ ਮਰ ਗਿਆ, ਹੁਣ ਸਾਨੂੰ ਉਮੀਦ ਇੱਕ ਜਾਗੀ ਆ ਕਿ ਸ਼ੁਕਰੀਆ ਰੱਬਾ ਇਹ ਮਰਿਆ, ਸਾਡਾ ਪਿੰਡ ਸੁਖੀ ਵਸੇ, ਕਿਉਂਕਿ ਇਹਨੇ ਜਿੰਨੇ ਸਾਡੇ ਨਗਰ ਵਿੱਚ, ਸਾਡੇ ਮੁਹੱਲੇ ਵਿੱਚ, ਸਾਡੀ ਗਲੀ ਵਿੱਚ, ਸਾਡੇ ਪਰਿਵਾਰਾਂ 'ਚ ਪਾੜ ਪਾਏ ਆ, ਉਹਨੇ ਕਿਸੇ ਨੇ ਵੀ ਨਹੀਂ ਪਾਏ ਹੋਣੇ। ਇਸ ਕਰਕੇ ਖੁਸ਼ੀਆਂ ਮਨਾਉਂਦੇ ਹਾਂ ਕਿ ਸ਼ੁਕਰੀਆ ਰੱਬਾ ਤੂੰ ਇਹਨੂੰ ਚੱਕ ਲਿਆ ਇੱਥੋਂ। ਕਬੀਰ ਸਾਹਿਬ ਜੀ ਸੋਚਦੇ ਸੋਚਦੇ ਅੱਗੇ ਤੁਰੇ ਜਾਂਦੇ ਆ, ਕਹਿੰਦੇ ਨਾਲੇ ਹੱਦ ਹੋ ਗਈ ਆ ਕਿ ਇਨਸਾਨ ਮਰਿਆ, ਉਹ ਤਾਂ ਕੋਈ ਦੁੱਖ ਨਹੀਂ, ਵੀ ਬੜਾ ਮਾੜਾ ਹੁੰਦਾ ਸੀ, ਆਪਾਂ ਬੜਾ ਕੁਛ ਕਹਿੰਦੇ ਹਾਂ, ਵੀ ਦੇਖ ਲਓ ਇਨਸਾਨ ਵੀ ਇੰਨਾ ਗਿਰ ਜਾਂਦਾ ਥੱਲੇ ਕਿ ਜੇ ਉਹ ਇੱਦਾਂ ਦੇ ਭੈੜੇ ਕੰਮ ਕਰਨ ਲੱਗ ਪਏ, ਉਹਦੇ ਮਰਨ 'ਤੇ ਫਿਰ ਖੁਸ਼ੀਆਂ ਮਨਾਉਣੀਆਂ ਪੈਂਦੀਆਂ, ਵੀ ਦੁਖੀ ਲੋਕਾਂ ਨੂੰ ਇੰਨਾ ਕਰਤਾ ਉਹਨੇ। ਅੱਛਾ, ਉਹ ਫਿਰ ਇੱਕ ਨਗਰ ਵਿੱਚ ਪਹੁੰਚੇ ਕਬੀਰ ਸਾਹਿਬ ਜੀ, ਉੱਥੇ ਜਦੋਂ ਗਏ ਆ ਨਾ, ਅਤੇ ਕਬੀਰ ਸਾਹਿਬ ਜੀ ਕੀ ਦੇਖਦੇ ਆ ਕਿ ਹਰੇਕ ਗਲੀ ਵਿੱਚ, ਹਰੇਕ ਮੁਹੱਲੇ ਦੇ ਵਿੱਚ ਦਰੀਆਂ ਵਿਛੀਆਂ, ਤੱਪੜ ਵਿਛੇ ਆ, ਸਾਰੇ ਬੈਠ ਕੇ ਅਫਸੋਸ ਕਰ ਰਹੇ ਆ। ਕਬੀਰ ਸਾਹਿਬ ਜੀ ਕਹਿੰਦੇ ਵੀ ਇੱਥੇ ਕੌਣ ਐਸਾ ਮੁੱਕ ਗਿਆ ਜਿਹਦਾ ਇੰਨਾ ਲੋਕ ਸਤਿਕਾਰ ਕਰਦੇ ਹੋ ਕਿ ਘਰ ਘਰ ਦੇ ਵਿੱਚ ਦਰੀਆਂ ਵਿਛਾ ਕੇ, ਗਲੀਆਂ ਦੇ ਵਿੱਚ, ਸਾਰੀਆਂ 'ਚ, ਮੁਹੱਲੇ 'ਚ, ਭਾਵ ਕਿ ਸਾਰੇ ਨਗਰ ਦੇ ਵਿੱਚ ਉਹਦਾ ਅਫਸੋਸ ਕੀਤਾ ਜਾਂਦਾ। ਇਹਨਾਂ ਨੇ ਪੁੱਛਿਆ, ਕਹਿੰਦੇ ਵੀ ਕੌਣ ਇੰਨਾ ਸਤਿਕਾਰਯੋਗ ਮੁੱਕ ਗਿਆ ਜਿਹਦਾ ਕਰਕੇ ਤੁਸੀਂ ਇੰਨਾ ਜ਼ਿਆਦਾ ਦੁੱਖ ਮਨਾ ਰਹੇ ਹਾਂ, ਕੌਣ ਮੁੱਕਿਆ ਬਈ? ਉਹ ਕਹਿੰਦੇ ਜੀ ਸਾਡੇ ਪਿੰਡ ਜਿਹੜਾ ਸੂਰ ਸੀ ਉਹ ਮਰ ਗਿਆ। ਕਬੀਰ ਸਾਹਿਬ ਜੀ ਕਹਿੰਦੇ ਵੀ ਹੱਦ ਹੋ ਗਈ, ਵੀ ਇੱਕ ਸੂਰ ਮਰਨ ਦੀ ਇੰਨੀ ਖੁਸ਼ੀ, ਇੰਨਾ ਅਫਸੋਸ, ਇੰਨਾ ਦੁੱਖ ਇੱਕ ਸੂਰ ਮਰਨ ਦਾ। ਉਹ ਕਹਿੰਦੇ ਜੀ ਵੀ ਉਹ ਜਿਹੜਾ ਸੂਰ ਸੀ ਨਾ, ਸਾਡੇ ਸਾਰੇ ਪਿੰਡ ਦੀ ਗੰਦਗੀ ਨੂੰ ਸਾਫ਼ ਕਰਦਾ ਸੀ, ਗਲੀਆਂ ਦੇ ਵਿੱਚ ਗੰਦਗੀ ਕਿਤੇ ਵੀ ਹੋਵੇ ਉਹ ਕਦੀ ਰਹਿਣ ਨਹੀਂ ਸੀ ਦਿੰਦਾ, ਇਹ ਗੰਦਗੀ ਖਾਂਦੇ ਨਾ। ਕਹਿੰਦੇ ਹੁਣ ਭਾਵੇਂ ਅਸੀਂ ਬੰਦੇ ਦਿਹਾੜੀ 'ਤੇ 2 ਲਾ ਲਈਏ, ਭਾਵੇਂ 4 ਲਾ ਲਈਏ, ਪਰ ਪੱਕੀ ਗੱਲ ਆ ਉਹਦੇ ਵਰਗੀ ਸਫਾਈ ਨਹੀਂ ਰੱਖ ਹੋਣੀ,
ਕਬੀਰ ਸਾਹਿਬ ਜੀ ਹੈਰਾਨ ਹੋ ਗਿਆ, ਕਹਿੰਦੇ ਇੱਕ ਪਾਸੇ ਦੇਖੋ ਇਨਸਾਨ ਮੁੱਕਿਆ ਪਰ ਹੈ ਸਾਤ ਅੱਸੀ, ਉਹ ਸਾਰੇ ਖੁਸ਼ੀਆਂ ਮਨਾਉਂਦੇ, ਇੱਕ ਪਾਸੇ ਸੂਰ ਮਰ ਗਿਆ ਉਹਦਾ ਸਾਰੇ ਹੀ ਦੁੱਖ ਮਨਾ ਰਿਹਾ, ਸਾਰਾ ਨਗਰ ਹੀ ਦੁੱਖ ਮਨਾ ਰਿਹਾ। ਕਹਿੰਦੇ ਇੱਥੋਂ ਪਤਾ ਲੱਗਦਾ ਜਿਹੜਾ ਸਾਖਤ ਇਨਸਾਨ ਹੁੰਦਾ ਉਹਦੇ ਨਾਲੋਂ ਸੂਰ ਜਿਹੜਾ ਕਈ ਗੁਣਾ ਚੰਗਾ ਹੁੰਦਾ। ਅਤੇ ਉਦੋਂ ਫਿਰ ਧੁਰੋਂ ਕੀ ਬਾਣੀ ਆਈ ਸਤਿਗੁਰੂ ਕਬੀਰ ਸਾਹਿਬ ਜੀ ਨੂੰ, ਕਹਿੰਦੇ ਕਬੀਰ ਸਾਖਤ ਅਤੇ ਸੂਕਰ ਭਲਾ, ਸਾਖਤ ਇਨਸਾਨ ਨਾਲੋਂ, ਭੈੜੇ ਇਨਸਾਨ ਨਾਲੋਂ ਸੂਰ ਕਈ ਗੁਣਾ ਚੰਗਾ, ਸੂਕਰ ਭਲਾ ਉਹ ਚੰਗਾ ਆ। ਕਾਹਤੋਂ? ਜੋ ਰੱਖੇ ਆਸ਼ਾ ਗਾਉਂ, ਜਿਹੜਾ ਨਗਰ ਨੂੰ ਸਵਾਰ ਕੇ ਰੱਖਦਾ ਬਈ, ਗੰਦਗੀ ਚੱਕਦਾ, ਉਹ ਸਾਖਤ ਵਾਪਰਾ ਮਰ ਗਿਆ ਕੋਈ ਨਾ ਲਹਿ ਨਾ। ਉਹ ਕਹਿੰਦੇ ਇੱਧਰ ਇੱਕ ਪਾਸੇ ਸਾਖਤ ਮਰਿਆ ਉਹਦਾ ਅਫਸੋਸ ਲਈ ਵੀ ਮਾੜਾ ਹੋ ਗਿਆ, ਇਸ ਕੰਮ ਲਈ ਕਿਸੇ ਨੇ ਨਾਂ ਹੀ ਨਹੀਂ ਲਿਆ, ਅਤੇ ਉੱਧਰ ਸੂਰ ਮਰਿਆ ਅਤੇ ਸਾਰੇ ਨਗਰ ਨੇ ਦੁੱਖ ਮਨਾਇਆ। ਇਸ ਕਰਕੇ ਅਸੀਂ ਕਿੱਦਾਂ ਦੇ ਬਣਨਾ, ਇਹ ਜਿਹੜੀ ਬਾਣੀ ਹੁੰਦੀ ਨਾ, ਜਿਹੜੀ ਗੁਰਬਾਣੀ ਆ, ਇਹ ਸਾਨੂੰ ਸੇਧ ਦਿੰਦੀ ਆ। ਇਹਦਾ ਮਤਲਬ ਪਤਾ ਕੀ ਹੈ, ਇਕੱਲੇ ਸਾਖਤ ਇਨਸਾਨ ਦੀ ਅਤੇ ਸੂਰ ਦੀ ਗੱਲ ਸੁਣ ਕੇ ਇਹ ਨਹੀਂ ਵੀ ਆਪਾਂ ਚੁੱਪ ਕਰਕੇ ਬਹਿ ਜਾਣਾ, ਇੱਥੋਂ ਇਹ ਇੱਕ ਉਦਾਹਰਨਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਇਗਜ਼ਾਮਪਲ ਦਿੱਤੇ ਹੋਏ ਆ ਸਤਿਗੁਰੂ ਕਬੀਰ ਸਾਹਿਬ ਜੀ ਨੇ ਕਿ ਦੇਖ ਪਿਆਰਿਆ, ਸਾਖਤ ਇਨਸਾਨ ਮਰ ਗਿਆ ਉਹ ਮਰੇ 'ਤੇ ਵੀ ਖੁਸ਼ੀਆਂ ਮਨਾਈਆਂ ਗਈਆਂ, ਇੱਕ ਸੂਰ ਮਰਿਆ ਉਹ ਮਰੇ ਦਾ ਸਾਰੇ ਨਗਰ ਨੇ ਦੁੱਖ ਮਨਾਇਆ। ਹੁਣ ਤੂੰ ਦੱਸ ਵੀ ਕਿੱਦਾਂ ਦਾ ਬਣਨਾ, ਸਾਖਤ ਇਨਸਾਨ ਬਣਨਾ ਕਿ ਵਧੀਆ ਇਨਸਾਨ ਬਣਨਾ? ਸਾਖਤ ਮਰੂਗਾ ਅਤੇ ਸਾਰਿਆਂ ਨੇ ਖੁਸ਼ੀਆਂ ਮਨਾਉਣੀਆਂ, ਚੰਗਾ ਹੋਇਆ ਮਰ ਗਿਆ। ਅਤੇ ਜੇ ਚੰਗਾ ਚੰਗੇ ਹੋਵਾਂਗੇ ਆਪਾਂ ਜਦੋਂ ਸੰਸਾਰ ਤੋਂ ਗਏ, ਤਾਂ ਫਿਰ ਐਸਾ ਵੀ ਦਿਨ ਆਉਂਦਾ ਆ ਕਿ ਆਪਣੇ ਜਾਣ ਦਾ ਸਾਰਿਆਂ ਨੂੰ ਦੁੱਖ ਵੀ ਆਉਂਦਾ, ਬਈ ਉਹਦੇ ਵਰਗਾ ਕੋਈ ਬੰਦਾ ਹੈ ਨਹੀਂ ਸੀ। ਜਿੱਦਾਂ ਕਬੀਰ ਸਾਹਿਬ ਜੀ ਨੇ ਕਿਹਾ ਨਾ ਆਪਣੀ ਬਾਣੀ 'ਚ, ਕਹਿੰਦੇ ਕਬੀਰ ਜਬ ਹਮ ਆਏ ਜਗਤ ਮੇਂ ਜਗ ਹੰਸਾ ਹਮ ਰੋਏ। ਕਹਿੰਦੇ ਜਦੋਂ ਸੰਸਾਰ ਵਿੱਚ ਮੇਰਾ ਜਨਮ ਹੋਇਆ ਨਾ, ਜਾਂ ਆਪਾਂ ਸਾਰਿਆਂ ਦੀ ਗੱਲ ਹੀ ਕਰ ਲਈਏ, ਜਦੋਂ ਜਨਮ ਹੁੰਦਾ ਜਗਤ ਸੰਸਾਰ ਪਿੰਡ ਵਾਲੇ ਨਗਰ ਵਾਲੇ ਗਲੀ ਵਾਲੇ ਇਹ ਆਪਣੇ ਪਰਿਵਾਰ ਦੇ ਮੈਂਬਰ ਬੜੀਆਂ ਖੁਸ਼ੀਆਂ ਮਨਾਉਂਦੇ ਵੀ ਇਹਨਾਂ ਦੇ ਘਰ ਧੀ ਆਈ, ਇਹਨਾਂ ਦੇ ਘਰ ਪੁੱਤ ਆਇਆ। ਜਗ ਹੰਸਾ ਹਮ ਰੋਏ, ਕਬੀਰ ਜਬ ਹਮ ਆਏ ਜਗਤ ਮੇਂ ਜਗ ਹੰਸਾ ਹਮ ਰੋਏ, ਮੈਂ ਰੋਂਦਾ ਆਇਆ, ਇਹ ਹੱਸਦੇ ਸੀ, ਖੁਸ਼ੀ ਮਨਾਉਂਦੇ ਸੀ। ਐਸੀ ਕਰਨੀ ਕਰ ਚੱਲੋ ਹਮ ਹੱਸੇ ਜਗ ਰੋਏ। ਕਹਿੰਦੇ ਇੱਦਾਂ ਦੇ ਕੰਮ ਕਰਕੇ ਇੱਥੋਂ ਜਾਣੇ ਚਾਹੀਦੇ ਆ ਕਿ ਮੈਂ ਹੱਸਦਾ ਜਾਵਾਂ ਅਤੇ ਮੇਰੇ ਜਾਣ ਵਿੱਚ ਜਗਤ ਮਗਰ ਰੋਵੇ ਕਿ ਉਹਦੇ ਵਰਗਾ ਬੰਦਾ ਨਹੀਂ ਸਾਨੂੰ ਲੱਭਣਾ, ਉਹਦੇ ਵਰਗਾ ਮਹਾਂਪੁਰਖ ਨਹੀਂ ਸਾਨੂੰ ਲੱਭਣਾ, ਉਹਦੇ ਵਰਗਾ ਸਾਧੂ ਨਹੀਂ ਸਾਨੂੰ ਲੱਭਣਾ, ਉਹਦੇ ਵਰਗਾ ਚੰਗੇ ਕੰਮ ਕਰਨ ਵਾਲਾ ਜਾਂ ਸਾਨੂੰ ਚੰਗੇ ਰਾਹੇ ਪਾਉਣ ਵਾਲਾ ਬੰਦਾ ਨਹੀਂ ਲੱਭਣਾ। ਇਸ ਕਰਕੇ ਹੁਣ ਆਪਣੇ ਹੱਥ ਵਸਿਆ, ਚੰਗੇ ਗੁਣ ਧਾਰਨ ਕਰਕੇ, ਭਲਾ ਕਰਕੇ, ਕਿਸੇ ਦੀ ਮਦਦ ਕਰਕੇ, ਲੋੜਵੰਦ ਦੀ, ਇੱਦਾਂ ਦੇ ਕੰਮ ਕਰਦਿਆਂ ਨਹੀਂ ਜਾਣਾ ਕਿ ਭੈੜੇ ਬਣਨਾ ਵੀ ਕਿਸੇ ਦੇ ਘਰ ਵਿੱਚ ਪਾੜ ਪਾ ਕੇ ਹੀ ਹਟੀਏ, ਉੱਦਾਂ ਰੁਕੀ ਨਾ ਆਵੇ ਕੰਮ, ਉੱਦਾਂ ਸਾਨੂੰ ਪ੍ਰਸ਼ਾਦਾ ਹੀ ਨਾ ਪਚੇ ਵੀ ਜਿਹਦੇ ਘਰ ਵਿੱਚ ਵੜ ਗਏ ਉੱਥੇ ਲੜਾਈ, ਜਿਹਦੇ ਘਰ ਵਿੱਚ ਵੜ ਗਏ ਉੱਥੇ ਲੜਾਈ। ਅਤੇ ਇਹ ਫਿਰ ਦੇਖ ਲਓ ਗਾਂਹ ਦੀ ਗੱਲ ਤਾਂ ਵੱਖਰੀ ਆ ਬਹੁਤ, ਵੀ ਲੇਖਾ ਜੋਖਾ ਕਿੱਦਾਂ ਦਾ ਹੋਣਾ। ਇੱਥੇ ਦੀ ਗੱਲ ਇਹ ਆ ਕਿ ਜੇ ਭੈੜੇ ਕੰਮ ਕਰਾਂਗੇ ਅਖੀਰ 'ਤੇ ਸਾਡੇ ਮਰਨ 'ਤੇ ਵੀ ਖੁਸ਼ੀਆਂ ਮਨਾਈਆਂ ਜਾਣੀਆਂ, ਚੰਗੇ ਕੰਮ ਕਰਕੇ ਜਾਵਾਂਗੇ ਅਸੀਂ ਹੱਸਦੇ ਜਾਵਾਂਗੇ, ਪਰ ਜਗਤ ਰਹੂਗਾ ਕਿ ਇਹਦੇ ਵਰਗਾ ਸਾਨੂੰ ਬੰਦਾ ਨਹੀਂ ਮਿਲਣਾ।